ਜੇ ਕੋਈ ਕਿਸੇ ਬੰਦੇ ਨੂੰ ਮਿਲਣਾ ਚਾਹੁੰਦਾ ਅੰਦਰ ਆ ਕੇ, ਜੇ ਬੱਚੇ ਨੂੰ ਮਿਲਾਤਾ, ਤੇਰਾ ਮਤਲਬ ਕੋਈ ਗੁਨਾਹ ਤਾਂ ਨਹੀਂ ਕਰਤਾ ਨਾ ਕਿਸੇ ਨੇ? ਇੱਕ ਸਰ ਮਿਸਬਿਹੇਵ ਹੋਇਆ ਜਾਂ ਮੀਡੀਆ ਦੇ ਮਿਸਬਿਹੇਵ, ਇਹਦੇ ਬਾਰੇ ਤੁਸੀਂ ਮੈਨੂੰ ਕੰਪਲੇਂਟ ਦਿਓ ਜਾਂ ਤੁਸੀਂ ਦੱਸ ਦਿਓ। ਲੁਧਿਆਣਾ ਤੋਂ ਆਰਟੀਆਈ ਕਰਮਚਾਰੀ ਕੁਲਦੀਪ ਖੇਰਾ ਦੁਆਰਾ ਪਾਈ ਗਈ ਇੱਕ ਸ਼ਿਕਾਇਤ ਦੇ ਆਧਾਰ ਉੱਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਲੁਧਿਆਣਾ ਦੇ ਆਤਮ ਨਗਰ ACP ਦਫ਼ਤਰ ਵਿੱਚ ਤਲਬ ਹੋਣ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ਦੇ ਬਾਅਦ ਅੱਜ ਸਿੱਧੂ ਮੂਸੇਵਾਲਾ ਦਫ਼ਤਰ ਵਿਖੇ ਪੁੱਜੇ। ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਨਾਲ ਧੱਕਾ ਮੁੱਕੀ ਵੀ ਕੀਤੀ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ACP ਦਫ਼ਤਰ ਵਿੱਚ ਫੋਟੋ ਸੈਸ਼ਨ ਵੀ ਖੂਬ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਇੱਥੇ ਬੱਚਿਆਂ ਨੂੰ ਫੋਟੋ ਖਿਚਵਾਉਣ ਦੇ ਲਈ ਅੰਦਰ ਬੁਲਾਇਆ ਗਿਆ ਸੀ। ਸ਼ਿਕਾਇਤ ਸੀ ਆਰਟੀਆਈ ਐਕਟਿਵਿਸਟ ਖਹਿਰਾ ਉਹਨਾਂ ਵੱਲੋਂ ਸੀ ਕਿ ਜਿਹੜੀ ਹਾਈਕੋਰਟ ਦੀ ਜੱਜਮੈਂਟ ਆ 22/7/2019 ਦੀ, ਉਹਦੇ ਵਿੱਚ ਹਾਈਕੋਰਟ ਦੀ ਡਾਇਰੈਕਸ਼ਨਸ ਨੇ ਕਿ ਕੋਈ ਵੀ ਸੈਲੀਬ੍ਰਿਟੀ ਜਾਂ ਸਿੰਗਰ ਜਾਂ ਕੋਈ ਵੀ ਇਹੋ ਜਿਹਾ ਜਿਹੜਾ ਪਬਲਿਕ ਫਿਗਰ ਹੈ, ਉਹ ਕੋਈ ਇਹੋ ਜਿਹਾ ਚੀਜ਼ ਨਹੀਂ ਕਰੂਗਾ, ਗਾਣਾ ਨਹੀਂ ਗਾਊਗਾ, ਕੋਈ ਵੀਡੀਓ ਅਪਲੋਡ ਨਹੀਂ ਕਰੂਗਾ ਜਿਹ 'ਚ ਲਿਕਰ ਨੂੰ ਅਤੇ ਵੈਪਨਸ ਨੂੰ ਗਲੋਰੀਫਾਈ ਕੀਤਾ ਗਿਆ ਹੋਵੇ। ਇਹਦੇ ਉਹਦੀ ਸੀ ਕਿ ਜਿਹੜੀ ਇਹਨਾਂ ਨੇ ਮਨਕੀਰ ਤੌਲਕ ਨੇ ਅਤੇ ਸਿੱਧੂ ਮੂਸੇਵਾਲੇ ਨੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਇਹਨਾਂ ਨੇ ਕੋਈ 4-5 ਇੱਕ ਗਾਣਾ ਗਾਇਆ ਸੀ ਜਿਹੜਾ ਹਾਲ ਤੱਕ ਵੈਸੇ ਰਿਕਾਰਡ ਨਹੀਂ ਹੋਇਆ ਹੋਇਆ, ਕਿ ਉਹਦੇ ਵਿੱਚ ਵੈਪਨਸ ਨੂੰ ਅਤੇ ਸ਼ਰਾਬ ਨੂੰ ਗਲੋਰੀਫਾਈ ਕੀਤਾ ਹੋਇਆ ਸੀ ਐਜ਼ ਅ ਪਰਸਨ। ਉਹਦੇ ਅਗੇਂਸਟ ਨੇ ਕੰਪਲੇਂਟ ਸੀ ਕਿ ਇਹਨਾਂ 'ਤੇ ਉਸ ਜੱਜਮੈਂਟ ਦੇ ਅਕੋਰਡਿੰਗ ਕਾਰਵਾਈ ਕੀਤੀ ਜਾਵੇ। ਹਾਂਜੀ, ਉਹ ਵੀਡੀਓ ਮੇਰੇ ਕੋਲ ਹੈਗੀ ਹੈ, ਜਗਬਾਣੀ ਨੇ ਕਵਰ ਕੀਤੀ ਹੋਈ ਹੈ, ਉਹ ਵੀਡੀਓ ਮੈਂ ਦੇਖੀ ਹੈ, ਮੇਰੇ ਕੋਲ ਹੈਗੀ ਵੀ ਹੈ। ਉਹਦੇ ਬਾਰੇ ਉਹਨਾਂ ਨੇ ਇਹ ਕਿਹਾ ਕਿ ਨਾ ਤਾਂ ਇਹ ਗਾਣਾ ਮੈਂ ਰਿਕਾਰਡ ਕੀਤਾ, ਨਾ ਮੇਰੇ ਵੱਲੋਂ ਲਿਖਿਆ ਗਿਆ, ਨਾ ਮੈਂ ਕਦੀ ਇਹ ਪਬਲਿਕਲੀ ਜਾਂ ਵੈਸੇ ਗਾਇਆ, ਨਾ ਮੈਂ ਲਾਈਵ ਸ਼ੋਅ 'ਚ ਗਾਇਆ। ਇਹ ਅਸੀਂ ਘਰ ਬੈਠੇ ਸੀ 4 ਜਣੇ, ਉਹ ਤਾਂ ਇਨਕਲੂਡਿੰਗ ਮਨਕੀਰ ਤੌਲਕ, ਉਹਨਾਂ ਨੇ ਆਪਸ 'ਚ ਬੈਠੇ ਗਾਣਾ ਗਾਇਆ ਸੀ। ਉਹ ਕਿਸੇ ਹੋਰ ਦਾ ਗਾਣਾ ਹੈ, ਕੋਈ ਸਾਬੀ ਪਿੰਟਰ ਸਿੰਗਰ ਆ, ਉਹਦਾ ਲਿਖਿਆ ਹੋਇਆ ਗਾਣਾ, ਉਹਦਾ ਗਾਇਆ ਹੋਇਆ ਗਾਣਾ, ਉਹ ਨੋਟ ਉਹਨੇ ਵੀ ਕੋਈ ਪ੍ਰੋਪਰ ਰਿਕਾਰਡ ਨਹੀਂ ਕਰਾਇਆ ਹੋਇਆ, ਵੈਸੇ ਕਿਸੇ ਨੇ ਉਹਦਾ ਵੀ ਗਾਣਾ ਹੀ ਅਪਲੋਡ ਕੀਤਾ ਹੋਇਆ ਯੂਟਿਊਬ 'ਤੇ। ਉਹਨੇ ਉਹਦੀ ਲਾਈਨਾਂ ਬੈਠੇ ਬੈਠੇ ਆਪਸ 'ਚ ਗਾਈਆਂ ਸੀ ਕਿ ਉਹਦੀ ਕੋਈ ਇੰਟੈਂਸ਼ਨ ਨਹੀਂ ਸੀ, ਜੇ ਉਹਦੇ ਕੋਈ ਇਹੋ ਜਿਹੀ ਉਹਨੇ ਕੰਪਲਾਈ ਨਹੀਂ ਕੀਤੀ ਤਾਂ ਉਹ ਮਾਫ਼ੀ ਮੰਗੀ ਉਹਨੇ। ਬਾਕੀ ਉਹਨੂੰ ਹਾਈਕੋਰਟ ਦੀ ਜਿਹੜੀ ਉਹ ਜੱਜਮੈਂਟ ਸੀ ਉਹਨੂੰ ਅਸੀਂ ਰਿਸੀਵ ਕਰਾਤੀ ਹੈ, ਅਤੇ ਉਹਨੂੰ ਪੜਵਾਤਾ ਕਿ ਕੋਈ ਵੀ ਕੱਲ੍ਹ ਨੂੰ ਜਿਹੜਾ ਸ਼ੋਅ ਦਾ ਹੈਗਾ ਉਹਦੇ ਵਿੱਚ ਇਹੋ ਜਿਹੀ ਕੋਈ ਉਹ ਅਗੇਂਸਟ ਇਸ ਜੱਜਮੈਂਟ 'ਤੇ ਕੋਈ ਵੀ ਕੰਮ ਨਹੀਂ ਕਰੂਗਾ। ਇੱਕ ਸਰ ਮਿਸਬਿਹੇਵ ਹੋਇਆ ਜਾਂ ਮੀਡੀਆ ਦੇ ਮਿਸਬਿਹੇਵ, ਇਹਦੇ ਬਾਰੇ ਤੁਸੀਂ ਮੈਨੂੰ ਕੰਪਲੇਂਟ ਦਿਓ ਜਾਂ ਤੁਸੀਂ ਦੱਸ ਦਿਓ ਸਰ। ਨੈਕਸਟ ਕਾਰਵਾਈ ਇਸ ਮਾਮਲੇ 'ਚ ਹੁਣ ਕੀ ਹੈ, ਜਿਹੜੀ ਹੁਣ ਤੁਸੀਂ ਬਿਆਨ ਲੈ ਲਿਆ ਉਹਨਾਂ ਦੇ ਵੀ ਲੈ ਲਿਆ ਜੀ, ਅਗਲੀ ਦੀ ਕਾਰਵਾਈ ਕੀ ਹੋਊ, ਫਿਰ ਬੁਲਾਇਆ ਗਿਆ ਇਸ ਮਾਮਲੇ 'ਚ? ਨਹੀਂ, ਹਲੇ ਉਹਨਾਂ ਦਾ ਕੱਲ੍ਹ ਸ਼ੋਅ ਆ, ਕੱਲ੍ਹ ਉਹਨਾਂ ਲਾਈਵ ਸ਼ੋਅ 'ਚ ਹੀ ਪਤਾ ਲੱਗ ਜੂਗਾ ਜੇ ਉਹਨਾਂ ਨੇ ਕੋਈ ਇਹੋ ਜਿਹੇ ਗਾਣੇ ਗਾਏ ਜਾਂ ਉਹਨੂੰ ਕੰਪਲਾਇੰਸ ਨਹੀਂ ਕੀਤੀ ਉਸ ਜੱਜਮੈਂਟ ਨਾਲ ਜਿਹੜੀ ਹਾਈਕੋਰਟ ਦੀ ਹੈ, ਤਾਂ ਉਹਦੇ ਅਕੋਰਡਿੰਗ ਆਪਾਂ। ਜੇ ਕੋਈ ਕਿਸੇ ਬੰਦੇ ਨੂੰ ਮਿਲਣਾ ਚਾਹੁੰਦਾ ਅੰਦਰ ਆ ਕੇ, ਜੇ ਬੱਚੇ ਨੂੰ ਮਿਲਾਤਾ, ਤੇਰਾ ਮਤਲਬ ਕੋਈ ਗੁਨਾਹ ਤਾਂ ਨਹੀਂ ਕਰਤਾ ਨਾ ਕਿਸੇ ਨੇ? ਠੀਕ ਹੈ ਜੀ, ਕੋਈ ਸੈਲਫੀ ਸੈਸ਼ਨ ਨਹੀਂ ਹੋਇਆ ਕੀ ਬ੍ਰਦਰ? ਇੱਕ ਸੈਕਿੰਡ, ਇਨਵੈਸਟੀਗੇਸ਼ਨ ਉਹ ਤਾਂ ਖਤਮ ਹੋ ਗਈ ਸੀ, ਉਹਨੇ ਬਿਆਨ ਲੈ ਜਾ ਚੁੱਕੇ ਸੀ। ਠੀਕ ਹੈ ਜੀ, ਜਿਹੜੀ ਤੁਹਾਡੀ ਮੀਡੀਆ ਦੀ ਗੱਲ ਆ, ਤੁਹਾਨੂੰ ਕਿਹਾ ਸੀ ਬਾਈਕ ਵਾਈਟ ਇਕੱਠੇ ਦੇ ਦਾਂਗੇ, ਉਹਨਾਂ ਨੇ ਜਾ ਕੇ ਤੁਹਾਨੂੰ ਬਾਹਰ ਵਾਈਟ ਦੇਤੀ ਹੈ, ਮੈਨੂੰ ਨਹੀਂ ਪਤਾ ਉਹਦੇ ਬਾਰੇ ਦਿੱਤੀ ਕਿ ਨਹੀਂ। ਅਤੇ ਉਹਦੇ ਬਾਰੇ ਜੇ ਤੁਹਾਨੂੰ ਕੋਈ ਕੋਈ ਤੁਹਾਡੀ ਰੰਜਿਸ਼ ਆ ਜਾਂ ਕੋਈ ਤੁਹਾਡਾ ਸੋਰੀ ਅਗੇਂਸਟ ਕੋਈ ਉਹਦੇ ਉਹਨੇ ਕੋਈ ਮਿਸਬਿਹੇਵ ਕੀਤਾ, ਉਹਦੀ ਕੰਪਲੇਂਟ ਦੇ ਦਿਓ। ਠੀਕ ਹੈ ਜੀ, ਇਨਕੁਆਇਰੀ ਤਾਂ ਹਾਲੇ ਕਰ ਰਹੇ ਹਾਂ ਜੀ, ਉਹਨਾਂ ਨੇ ਬਿਆਨ ਲਏ ਹਾਲੇ, ਤੁਹਾਨੂੰ ਮੈਂ ਦੱਸ ਚੁੱਕਿਆ ਜੀ ਪਹਿਲਾਂ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਰਿਪੋਰਟ, ਦਾ TVNRI।